केपीडी न्यूज हक सच और इंसाफ की आवाज। केपीडी न्यूज हक सच और इंसाफ की आवाज। ਮੁਕੇਰੀਆਂ ਦੇ ਪਿੰਡ ਪੰਜਟੇਰਾ ਕਲਾ ਵਿਖੇ ਇਨਸਾਨੀਅਤ ਨੂੰ ਪਾਣੀ ਪਾਣੀ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਇੱਕ ਕਲਯੁਗੀ ਬਾਪ ਨੇ ਆਪਣੀ ਹੀ ਨਾਬਾਲਗ ਧੀ ਨਾਲ ਜਬਰ ਜਨਾਹ ਜਿਹੀ ਮੰਦਭਾਗੀ ਅਤੇ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਦੋਸ਼ੀ ਬਾਪ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਲ ਭਲਾਈ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਹਰਕਤ ਵਿੱਚ ਆਈ ਮੁਕੇਰੀਆਂ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਦਿਆਂ ਹੋਇਆ ਜਲਦ ਹੀ ਦੋਸ਼ੀ ਨੂੰ ਕਾਬੂ ਕਰਨ ਦੀ ਗੱਲ ਆਖੀ ਹੈ, ਜਿੱਥੇ ਪੀੜਤ ਲੜਕੀ ਦੇ ਨਾਲ ਖੜ੍ਹੇ ਪਰਿਵਾਰ ਦੇ ਮੈਂਬਰਾਂ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉੱਥੇ ਐਡਵੋਕੇਟ ਜਗਦੀਪ ਕੌਰ ਵੱਲੋਂ ਵੀ ਸਮਾਜ ਨੂੰ ਅਜਿਹੀਆਂ ਘਟਨਾਵਾਂ ਖਿਲਾਫ ਸਾਹਮਣੇ ਆ ਕੇ ਕਾਨੂੰਨ ਦੀ ਸਹਾਇਤਾ ਲੈਣ ਦੀ ਗੱਲ ਆਖੀ ਹੈ। ਮੇਰੀ ਵਾਈਫ ਨਾਲ ਨਾ ਮੇਰੇ ਡੈਡੀ ਨੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹਨਾਂ ਨੇ ਘਰ ਦੱਸਿਆ ਤਾਂ ਮੇਰੀ ਛੋਟੀ ਭੈਣ ਨੇ ਬਿਆਨ ਦਿੱਤਾ ਵੀ ਪਹਿਲਾਂ ਵੀ ਮੇਰੇ ਨਾਲ ਉਹ ਗਲਤ ਹਰਕਤ ਕਰ ਚੁੱਕੇ ਨੇ ਅਤੇ ਇਸ ਕਰਕੇ ਸਾਰੇ ਜੀਆਂ ਨੇ ਰਲ ਕੇ ਮੇਰੀ ਭੈਣ ਨੇ ਅਤੇ ਮੇਰੀ ਵਾਈਫ ਨੇ ਰਲ ਕੇ ਨਾ 1098 'ਤੇ ਕੋਲ ਕੀਤੀ ਅਤੇ ਫਿਰ ਪੁਲਿਸ ਨੂੰ ਸੱਦਿਆ। ਫਿਰ ਦੂਜੇ ਦਿਨ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਸਾਡੇ ਬਿਆਨ ਲੈ ਕੇ ਅਤੇ ਇਹੀ ਮੰਗ ਕਰਦੇ ਵੀ ਜਿੱਦਾਂ ਮੇਰੇ ਫਾਦਰ ਨੇ ਕੀਤਾ ਤਾਂ ਨਹੀਂ ਕਰਨਾ ਚਾਹੀਦਾ, ਇਹਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਬਹੁਤ ਹੀ ਮੰਦਭਾਗਾ ਹੈ ਕਿ ਇਹ ਬਹੁਤ ਹੀ ਘਿਨੌਣੀ ਹਰਕਤ ਹੈ ਜਿਹੜੀ ਕਿ ਇਹ ਹੋਈ ਹੈ ਅਤੇ ਬਾਕੀ ਅਸੀਂ ਇਸ ਪਰਿਵਾਰ ਦੀ ਵੀ ਸ਼ਲਾਘਾ ਕਰਦੇ ਹਾਂ ਕਿ ਇਹਨਾਂ ਨੇ ਸਾਹਮਣੇ ਆ ਕੇ ਇਸ ਚੀਜ਼ ਦਾ ਵਿਰੋਧ ਕੀਤਾ, ਸਾਰਿਆਂ ਦੇ ਸਾਹਮਣੇ ਗੱਲ ਲਿਆਂਦੀ, ਜਦਕਿ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਸਮਾਜ ਦੇ ਡਰ ਤੋਂ ਸੁਸਾਇਟੀ ਦੇ ਡਰ ਤੋਂ ਲੋਕ ਗੱਲ ਦਬਾ ਜਾਂਦੇ ਨੇ, ਪਰ ਇਸ ਪਰਿਵਾਰ ਨੇ ਕਾਨੂੰਨ ਦਾ ਸਹਾਰਾ ਲਿਆ, ਕਾਨੂੰਨ 'ਤੇ ਯਕੀਨ ਕੀਤਾ ਅਤੇ ਸਾਹਮਣੇ ਆ ਕੇ ਦੋਸ਼ੀ ਨੂੰ ਸਜ਼ਾ ਦਵਾਈ। ਨਾਲ ਇਹੋ ਜਿਹੀ ਹਰਕਤ ਹੁੰਦੀ ਹੈ, ਮੈਂ ਤਾਂ ਇਹੀ ਕਹਾਂਗੀ ਕਿ ਸਾਰਿਆਂ ਨੂੰ ਸਾਹਮਣੇ ਆਉਣਾ ਚਾਹੀਦਾ, ਜਿੱਦਾਂ ਕਿ ਇਸ ਪਰਿਵਾਰ ਨੇ ਹਿੰਮਤ ਕੀਤੀ ਹੈ, ਇਸ ਤਰ੍ਹਾਂ ਸਾਰਿਆਂ ਨੂੰ ਸਾਹਮਣੇ ਆਉਣਾ ਚਾਹੀਦਾ, ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ, ਕਾਨੂੰਨ ਸਾਰਿਆਂ ਵਾਸਤੇ ਬਣਿਆ। ਪੰਜਟੇਰਾ ਕਲਾਂ ਦੀ ਲੜਕੀ, ਉਸਨੇ ਐਲੀਗੇਸ਼ਨ ਲਾਇਆ ਸੀ ਕਿ ਉਸਦੇ ਪਿਤਾ ਨੇ ਉਹਦੇ ਨਾਲ ਜ਼ਬਰਦਸਤੀ ਰੇਪ ਕੀਤਾ ਸੀ ਅਤੇ ਉਸਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਦਰਜ ਕਰਤਾ ਥਾਣਾ ਮੁਕੇਰੀਆਂ, ਮੁਕੱਦਮਾ ਨੰਬਰ 101 ਅੰਡਰ ਸੈਕਸ਼ਨ 376 ਸੈਕਸੁਅਲ ਐਕਟ ਦੇ ਤਹਿਤ ਕੀਤਾ ਦਰਜ ਕੀਤਾ ਹੈ ਅਤੇ ਜਿਹੜਾ ਦੋਸ਼ੀ ਆ ਫਿਲਹਾਲ ਘਰੋਂ ਫਰਾਰ ਆ, ਅਸੀਂ ਉਹਨੂੰ 24 ਘੰਟੇ ਦੇ ਵਿੱਚ ਅਰੈਸਟ ਕਰਕੇ ਮਾਣਯੋਗ ਅਦਾਲਤ ਪੇਸ਼ ਕੀਤਾ ਜਾਵੇਗਾ। ਉੱਥੋਂ ਲੜਕੀ ਨੇ ਲਿਖਾਇਆ ਬਿਆਨਾਂ 'ਚ ਵੀ ਉਸਨੇ ਮੇਰੀ ਭਰਜਾਈ ਦੇ ਨਾਲ ਵੀ ਬਦਸਲੂਕੀ ਕੀਤੀ ਸੀ ਅਤੇ ਉਸਦੇ ਵੀ ਬਿਆਨ ਲਿਖੇ ਜਾ ਰਹੇ ਆ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज हक सच और इंसाफ की आवाज़ आपको रखे सबसे आगे।